ਨਸ਼ੇ ਨੇ ਸਾਡੀ ਨੌਜਵਾਨੀ ਖਤਮ ਕਰ ਦਿੱਤੀ ਹੈ। ਕਈ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਕਬਰਸਤਾਨ ਚੋਂ ਇੱਕ ਸਰਦਾਰ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਬਾਹ ਦੇ ਉੱਤੇ ਟੀਕਾ ਲੱਗਿਆ ਹੋਇਆ ਸੀ। ਹੁਣ ਉਸ ਮਾਮਲੇ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ। ਦੱਸਾਂਗੇ ਕਿ ਆਖਰ ਨੌਜਵਾਨ ਨਾਲ ਕਬਰਸਤਾਨ ਦੇ ਵਿੱਚ ਕੀ ਹੋਇਆ ਸੀ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਪੁਰਾਣੀ ਵੀਡੀਓ। ਜ਼ਿਲ੍ਹਾ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਕਬਰਸਤਾਨ ਦੇ ਵਿੱਚ ਇੱਕ ਨੌਜਵਾਨ ਦੀ ਬਾਂਹ ਤੇ ਸਰਿੰਜ ਨਾਲ ਬੰਨੀ ਲਾਸ਼ ਮਿਲੀ। ਇਸ ਮਾਮਲੇ ਦੇ ਵਿੱਚ ਜਾਂਚ ਤੋਂ ਪਤਾ ਲੱਗਿਆ ਕਿ ਗਾਇਕ ਪੰਮੀ ਚਿੱਟੇ ਦੀ ਸਮਗਲਰ ਹੈ ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਸੀ। ਪੰਮੀ ਤੋਂ ਚਿੱਟਾ ਲੈ ਕੇ ਜਗਦੀਸ਼ ਨੇ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4-5 ਹੋਰ ਨੌਜਵਾਨ ਵੀ ਟੀਕਾ ਲਗਾਉਣ ਲਈ ਕਬਰਸਤਾਨ ਦੇ ਵਿੱਚ ਗਏ ਸਨ। ਕੁਲਦੀਪ ਸਿੰਘ ਨੇ ਪਹਿਲਾਂ ਉੱਥੇ ਟੀਕਾ ਲਗਾਇਆ। ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜ਼ਮੀਨ ਤੇ ਡਿੱਗ ਗਿਆ। ਬਾਕੀ ਉਸ ਨੂੰ ਛੱਡ ਕੇ ਭੱਜ ਗਏ ਅਤੇ ਕੁਲਦੀਪ ਦੀ ਮੌਤ ਹੋ ਗਈ। 29/7 ਨੂੰ ਦੋ ਬੱਚਿਆਂ ਦੀ ਡੈਥ ਹੋ ਗਈ ਸੀ ਮਾਛੀਵਾੜਾ ਸਾਹਿਬ। ਇੱਕ ਬੱਚਿਆਂ ਦਾ ਸ਼ਮਸ਼ਾਨ ਘਾਟ ਆ ਉੱਥੇ, ਔਰ ਇੱਕ ਇੱਧਰ ਗੁਰਦੁਆਰਾ ਕਿਰਪਾਨ ਭੇਟ ਸਾਹਿਬ। ਉਹਦੇ ਸੰਬੰਧ ਵਿੱਚ ਅਸੀਂ 151 ਨੰਬਰ FIR ਦਰਜ ਕੀਤੀ ਸੀ ਮੇਵਾ ਸਿੰਘ ਦੇ ਬਿਆਨ 'ਤੇ। ਉਹਦਾ ਬੇਟਾ ਸੀ ਕੁਲਦੀਪ ਸਿੰਘ, ਜਿਹਦੀ ਓਵਰਡੋਜ਼ ਡਰੱਗ ਨਾਲ ਡੈਥ ਹੋਈ ਸੀ। 304 ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸ ਦਿਨ ਤੋਂ ਲੈ ਕੇ ਅੱਜ ਤੱਕ SHO ਮੈਡਮ DSP ਮਨਦੀਪ ਕੌਰ ਅਤੇ ਇਹਦੀ ਟੀਮ, ਔਰ ਈਵਨ ਇਸ ਸਾਰੇ ਐਪੀਸੋਡ ਦੇ ਵਿੱਚ SPD ਮੈਡਮ ਪ੍ਰਗਿਆ ਜੈਨ ਔਰ SSP ਸਾਹਿਬ ਖੁਦ ਵੀ ਚੱਲ ਕੇ ਇੱਥੇ ਆਏ ਔਰ ਉਹਨਾਂ ਦੀ ਗਾਈਡਲਾਈਨ ਮੁਤਾਬਕ ਔਰ ਉਹਨਾਂ ਦੀ ਹੈਲਪ ਨਾਲ ਅਸੀਂ ਇਹ ਕੇਸ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ, ਜਿਹਦੇ ਵਿੱਚ ਅਸੀਂ ਟੈਕਨੀਕਲ ਸੈੱਲ ਦੀ ਵੀ ਹੈਲਪ ਲਈ ਹੈ ਔਰ ਸੀਨੀਅਰ ਅਫਸਰਾਂ ਨੇ ਇਹਦੇ ਵਿੱਚ ਚੰਗਾ ਯੋਗਦਾਨ ਪਾਇਆ। ਇਹ ਜਿਹੜਾ ਕੁਲਦੀਪ ਸਿੰਘ ਦੀ ਡੈਥ ਹੋਈ ਸੀ, ਇਹ ਮੈਂ ਦੱਸ ਦਿਆਂ ਕਿ 29 ਨੂੰ ਸਵੇਰੇ 9 ਵਜੇ ਤੋਂ ਮਗਰੋਂ ਆਪਣੇ ਘਰੋਂ ਨਿਕਲਿਆ। ਇਹ 3 ਜਣੇ ਪਹਿਲੋਂ ਇਕੱਠੇ ਹੋਏ ਤਾਂ 2 ਜਣੇ ਬਾਅਦ 'ਚ, 5 ਜਣੇ ਟੋਟਲ ਇਕੱਠੇ ਹੋਏ। ਇਹਨਾਂ ਨੇ ਪਹਿਲੋਂ ਰਹੀਮਾਬਾਦ ਦੀ ਇੱਕ ਪਰਮਜੀਤ ਕੌਰ ਹੈ, ਜਿਹਦੀ ਬੈਕਗਰਾਊਂਡ ਇਹ ਹੈ ਕਿ ਪਹਿਲੋਂ ਵੀ ਪਿਛਲੇ ਸਾਲ ਉਹਨਾਂ ਦੇ ਘਰ ਹੀ ਚਿੱਟੇ ਦਾ ਟੀਕਾ ਲਾਉਣ ਕਰਕੇ ਇੱਕ ਡੈਥ ਹੋ ਗਈ ਸੀ, ਤਾਂ ਉਹ ਡੈੱਡ ਬੋਡੀ ਉਹਨਾਂ ਨੇ ਖੁਰਦ ਬੁਰਦ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। 302 'ਚੋਂ ਅੰਦਰ ਆਉਣ ਦੀ ਭੈਣ ਆਏ ਪਰਮਜੀਤ ਕੌਰ, ਇਹਦੇ ਤੋਂ ਚਿੱਟਾ ਲਿਆ, ਥੋੜ੍ਹੀ ਮਾਤਰਾ 'ਚ ਮਿਲਿਆ, ਪੀਣ ਵਾਲੇ ਜਾਤੇ ਸੀ। ਫਿਰ ਇਹਨਾਂ ਨੇ ਆ ਕੇ 2 ਥਾਵਾਂ ਤੋਂ ਮਾਛੀਵਾੜੇ ਤੋਂ ਲਿਆ ਔਰ ਉਹ ਇਹਨਾਂ ਨੇ ਇਕੱਠਾ ਕਰਕੇ ਸਰਿੰਜ ਦੇ ਨਾਲ ਜਦੋਂ ਪਹਿਲਾ ਹੀ ਟੀਕਾ ਲਾਇਆ ਕੁਲਦੀਪ ਸਿੰਘ ਦੇ, ਤਾਂ ਟੀਕਾ ਲਾਉਂਦਿਆਂ ਹੀ ਉਹਦੀ ਡੈਥ ਹੋ ਗਈ। ਸਰਿੰਜ ਅਜੇ ਨਿਕਲੀ ਨਹੀਂ ਸੀ ਕਿ ਉਹ ਪਹਿਲਾਂ ਹੀ ਲੁਟਕ ਗਿਆ। ਇਹ ਸਾਰੇ ਡਰ ਗਏ, ਡਰ ਕੇ ਉਹਦੀ ਬੋਡੀ ਉੱਥੇ ਛੱਡ ਕੇ ਹੀ ਭੱਜ ਗਏ। ਅਸੀਂ ਇਨਫੋਰਮੇਸ਼ਨ ਮੁਤਾਬਕ ਮਿਹਨਤ ਨਾਲ ਟੈਕਨੀਕਲ ਸੈੱਲ ਦੀ ਹੈਲਪ ਦੇ ਨਾਲ ਅਸੀਂ ਇਸ ਕੇਸ ਨੂੰ ਟਰੇਸ ਕੀਤਾ, ਜਿਹਦੇ ਵਿੱਚ ਅਸੀਂ 2 ਗ੍ਰਿਫਤਾਰੀਆਂ ਕੀਤੀਆਂ ਨੇ। ਪਰਮਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਜਗਦੀਸ਼ ਦਿਸ਼ਾ ਲਖਵਾਲ ਕਲਾਂ ਦਾ, ਇਹ 2 ਬੰਦਿਆਂ ਨੂੰ ਅਸੀਂ ਜਿਹੜਾ ਇਸ ਮੁਕੱਦਮੇ 'ਚ ਗ੍ਰਿਫਤਾਰ ਕਰ ਲਿਆ। ਬਾਕੀ ਦੇ ਮੁਰਜਮ ਜਿਹੜੇ ਨੇ ਸਾਰੇ ਨੋਮੀਨੇਟ ਹੋ ਚੁੱਕੇ ਨੇ, ਉਹਨਾਂ ਨੂੰ ਵੀ ਅਸੀਂ ਜਲਦੀ ਇਸ ਕੇਸ ਵਿੱਚ ਗ੍ਰਿਫਤਾਰ ਕਰ ਲਾਂਗੇ। ਔਰ ਇਸ ਕੇਸ ਦੇ ਵਿੱਚ ਜਿਹੜੀ ਅਗਲੀ ਇੰਪੋਰਟੈਂਟ ਗੱਲ ਹੈ, ਇਹਨਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਅਸੀਂ ਚਿੱਟਾ ਵੇਚਣ ਵਾਲੇ ਨੇ ਜਿਹੜੇ, ਉਹ ਤਕਰੀਬਨ ਆਲਮੋਸਟ ਆਈਡੈਂਟੀਫਾਈ ਕਰ ਲਏ ਆ ਔਰ ਉਹਨਾਂ ਨੂੰ ਵੀ ਜਲਦੀ ਸੁਰਾਖਾਂ ਪਿੱਛੇ ਭੇਜਾ। ਪਰਮਜੀਤ ਕੌਰ ਤੋਂ ਚਿੱਟਾ ਖਰੀਦਿਆ ਗਿਆ ਔਰ ਜਿਹੜਾ ਜਗਦੀਸ਼ ਦਿਸ਼ਾ ਫੜਿਆ ਉਹ ਨਾਲ ਸੀ। ਜਦੋਂ ਚਿੱਟਾ ਖਰੀਦਿਆ ਗਿਆ, ਜਦੋਂ ਚਿੱਟੇ ਨੂੰ ਪਾਣੀ 'ਚ ਮਿਕਸ ਕਰਕੇ ਸਰਿੰਜ ਉਹਦੇ ਲਾਈ ਗਈ ਆ, ਇਹਦੀ ਉੱਥੇ ਪ੍ਰੈਜੈਂਸ ਸੀ। ਉਹ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹ ਵੀ ਆਈਡੈਂਟੀਫਾਈ ਕਰ ਲਿਆ ਔਰ ਇਹਨਾਂ ਦੇ ਨਾਲ ਜਿਹੜੇ ਬਾਕੀ ਦੇ 6 ਅਕਿਊਜ਼ ਨੇ ਉਹ ਵੀ ਆਈਡੈਂਟੀਫਾਈ ਹੋ ਗਿਆ, ਜਿਹੜਾ ਜਲਦੀ ਖੁਲਾਸਾ ਕਰ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੈਮੀਕਲ ਤੋਂ ਚਿੱਟਾ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ ਜੋ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੈਮੀਕਲ ਨਾਲ ਤਿਆਰ ਪਾਊਡਰ ਦਿੱਤੇ ਜਾਣ ਦੀ ਸੰਭਾਵਨਾ।
हकीकत टीवी पंजाबी लई खन्ना तो रविंदर ढिल्लों की रिपोर्ट।